ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਸ਼ ਨੇ ਚੌਂਵੀਂਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਟੀਕਿਆਂ ਦੀ ਬਰਬਾਦੀ ਨੂੰ ਰੋਕਣ ਲਈ ਸਿਹਤ ਮੁਲਾਜ਼ਮਾਂ ਤੇ ਨਰਸਾਂ ਦੀ ਸ਼ਲਾਘਾ ਕੀਤੀ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਈ ਅਤੇ ਜੂਨ ਵਿੱਚ ਗਰੀਬ ਲੋਕਾਂ ਨੂੰ ਰਾਸ਼ਨ ਉਪਲਬਧ ਕਰਵਾਉਣ ਬਾਰੇ ਸਰਕਾਰ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਕੈਬਨਟ ਮੀਟਿੰਗ ਦੌਰਾਨ ਭਾਰਤ ਅਤੇ ਯੂਕੇ ਵਿਚਾਲੇ ਵਿਸ਼ਵ ਨਵਾਂਚਾਰ ਭਾਈਵਾਲੀ ਤਹਿਤ ਹੋਏ ਸਮਝੌਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸਿਹਤਾਂਚੇ ਲਈ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਬੰਧ ਕਰਨ ਦਾ ਫੈਸਲਾ। ਕੋਵਿਡ ਮਰੀਜ਼ਾਂ ਨੂੰ ਰਾਹਤ ਉਪਲਬਧ ਕਰਵਾਉਣ ਲਈ ਡੀਆਰਡੀਓ ਨੇ ਛੋਟੇ ਆਕਸੀਜਨ ਸਿਲੰਡਰਾਂ ਅਤੇ ਕੰਸੈਂਟਰੇਟਰਾਂ ਦਾ ਨਿਰਮਾਣ ਤੇਜ਼ ਕੀਤਾ ਡੀਆਰਡੀਓ ਦੇ ਚੇਅਰਮੈਨ ਜੀ ਸतीश ਰੈਡੀ ਨੇ ਕਿਹਾ ਕਿ ਸੰਗਠਨ ਆਉਂਦੇ 3 ਮਹੀਨਿਆਂ ਵਿੱਚ 500 ਤੋਂ ਵੱਧ ਆਕਸੀਜਨ ਪਲਾਂਟ ਸਥਾਪਿਤ ਕਰੇਗਾ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਮੈਡੀਕਲ ਆਕਸੀਜਨ ਦੀ ਧੋਆ ਠੋਾਈ ਤੇਜ਼ ਕੀਤੀ ਮੰਤralਾ ਅਨੁਸਾਰ ਹੁਣ ਤੱਕ ਵੱਖ-ਵੱਖ ਸੂਬਿਆਂ ਨੂੰ ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ 2000 ਟਨ ਮੈਡੀਕਲ ਆਕਸੀਜਨ ਦੀ ਢੋਆਟੋਆਈ ਕੀਤੀ ਗਈ। ਕੈਪਟਨ ਮਨਿੰਦਰ ਸਿੰਘ ਵੱਲੋਂ ਸੂਬੇ ਵਿੱਚ ਮੁਕੰਮਲ ਲੋਕਡਾਊਨ ਲਗਾਉਣ ਤੋਂ ਇੱਕ ਵਾਰ ਫਿਰ ਇਨਕਾਰ। ਕਿਹਾ ਮੌਜੂਦਾ ਪਾਬੰਦੀਆਂ ਕਈ ਸੂਬਿਆਂ ਨਾਲੋਂ ਪਹਿਲਾਂ ਹੀ ਵਧੇਰੇ ਸਖਤ ਨੇ। ਦੁਕਾਨਾਂ ਨੂੰ ਪੜਾਵਾਰ ਖੋਲੇ ਜਾਣ ਬਾਰੇ ਫੈਸਲਾ ਕਰਨ ਦਾ ਅਧਿਕਾਰ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸੌਪਿਆ। ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਮੌਜੂਦਾ ਰਾਸ਼ਨ ਸਹੂਲਤ ਤੋਂ ਇਲਾਵਾ 10 ਕਿਲੋ ਬਾਦੂ ਆਟਾ ਦੇਣ ਦੀ ਹਦਾਇਤ ਪੰਜਾਬ ਦੇ ਬਖਵਕ ਜ਼ਿਲ੍ਹਿਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਕਿਸਾਨਾਂ ਨੇ ਜਿੰਸ ਦੀ ਖਰੀਦ ਦੀ ਅਦਾਇਗੀ ਸਿੱਧੇ ਆਪਣੇ ਖਾਤਿਆਂ ਵਿੱਚ ਪ੍ਰਾਪਤ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਟੀਕਿਆਂ ਦੀ ਬਰਬਾਦੀ ਨੂੰ ਰੋਕਣ ਲਈ ਸਿਹਤ ਮੁਲਾਜ਼ਮਾਂ ਤੇ ਨਰਸਾਂ ਵੱਲੋਂ ਕੀਤੇ ਗਏ ਉਪਰਾਲਿਆਂ ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿਹਤ ਮੁਲਾਜ਼ਮਾਂ ਵੱਲੋਂ ਜਿਸ ਤੰਦੇਹੀ ਨਾਲ ਟੀਕਾ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਅਤੇ ਟੀਕਿਆਂ ਦੀ ਬਰਬਾਦੀ ਨੂੰ ਘਟਾਉਣ ਦੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਸ਼ਲਾਘਾਯੋਗ ਹੀ ਨੇ। ਕੇਰਲ ਦੇ ਮੁੱਖ ਮੰਤਰੀ ਪੀਨਾਰਾਈ ਵਿਜੈਨ ਨੇ ਇੱਕ ਟਵੀਟ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹਨਾਂ ਉਪਰਾਲਿਆਂ ਨਾਲ ਕੋਵਿਡ ਵਿਰੁੱਧ ਲੜਾਈ ਮਜ਼ਬੂਤ ਹੋਵੇਗੀ ਕੇਰਲ ਦੇ ਮੁੱਖ ਮੰਤਰੀ ਨੇ ਇੱਕ ਟਵੀਟ ਕਰਕੇ ਇਹ ਦੱਸਿਆ ਸੀ ਕਿ ਸੂਬੇ ਨੂੰ 73.38 ਲੱਖ 800 ਤੋਂ ਵੱਧ ਟੀਕੇ ਮੁਹੱਈਆ ਕਰਵਾਏ ਗਏ ਹਨ ਅਤੇ ਉਹ ਅਜੇ ਵੀ ਉਹਨਾਂ ਟੀਕਿਆਂ ਦਾ ਇਸਤੇਮਾਲ ਕਰ ਰਹੇ ਨੇ ਕਿਉਂਕਿ ਸਿਹਤ ਕਰਮੀਆਂ ਨੇ ਇਹਨਾਂ ਟੀਕਿਆਂ ਨੂੰ ਬਰਬਾਦ ਕੀਤੇ ਬਿਨਾਂ ਵਰਤੋਂ ਵਿੱਚ ਲਿਆਂਦਾ ਹੈ ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਈ ਅਤੇ ਜੂਨ ਵਿੱਚ ਗਰੀਬ ਲੋਕਾਂ ਨੂੰ ਰਾਸ਼ਨ ਉਪਲਬਧ ਕਰਵਾਉਣ ਬਾਰੇ ਸਰਕਾਰ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ 80 ਕਰੋੜ ਲਾਪਾਤਰਿਆਂ ਨੂੰ ਹਰ ਮਹੀਨੇ 5 ਕਿਲੋ ਕਣਕ ਜਾਂ ਚਾਵਲ ਉਪਲਬਧ ਕਰਵਾਇਆ ਜਾਵੇਗਾ। ਇਸ ਉੱਤੇ ਕੋਈ 26000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਇਹ લાભ ਕਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਦਿੱਤਾ ਗਿਆ ਹੈ ਤਾਂ ਜੋ ਦੇਸ਼ ਵਿੱਚ ਹਰ ਇੱਕ ਨਾਗਰਿਕ ਨੂੰ ਪੋਸ਼ਣ ਅਤੇ ਭੋਜਨ ਯਕੀਨੀ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਹੋਈ ਇਸ ਕੈਬਨਿਟ ਮੀਟਿੰਗ ਦੌਰਾਨ ਭਾਰਤ ਅਤੇ ਯੂਕੇ ਵਿਚਾਲੇ ਵਿਸ਼ਵ ਤਵਾਚਾਰ ਭਾਈਵਾਲੀ ਤਹਿਤ ਹੋਏ ਸਮਝੌਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਸਮੇਂ ਸੂਬਿਆਂ ਕੋਲ ਕੋਰੋਨਾ ਟੀਕਿਆਂ ਦੀ 94,47,614 ਖੁਰਾਕਾਂ ਉਪਲਬਧ ਨੇ। ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੇਂਦਰ ਨੇ ਹੁਣ ਤੱਕ ਸੂਬਿਆਂ ਨੂੰ 17 ਕਰੋੜ 2,42,410 ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਉਪਲਬਧ ਕਰਵਾਈਆਂ ਨੇ। ਜਿਨ੍ਹਾਂ ਵਿੱਚੋਂ ਜਾਇਆ ਹੋਈਆਂ ਖੁਰਾਕਾਂ ਸਮੇਤ 16 ਕਰੋੜ 7 ਲੱਖ 94 ਹਜ਼ਾਰ 796 ਖੁਰਾਕਾਂ ਵਰਤੀਆਂ ਗਈਆਂ ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਆਉਂਦੇ 3 ਦਿਨਾਂ ਦੌਰਾਨ ਸੂਬਿਆਂ ਨੂੰ 36 ਲੱਖ 37 ਹਜ਼ਾਰ 30 ਹੋਰ ਕੋਵਿਡ ਖੁਰਾਕਾਂ ਮਿਲ ਜਾਣਗੀਆਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਦ ਦਾਸ ਨੇ ਕਿਹਾ ਹੈ ਕਿ ਬੈਂਕ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਤੇ ਨਜ਼ਰ ਰੱਖ ਰਿਹਾ ਹੈ ਅਤੇ ਇਸ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ ਵਰਚੁਅਲ ਪ੍ਰੈਸ ਕਾਨਫਰੰਸ ਦੌਰਾਨ ਸ਼ਕਤੀ ਕਾਂਦ ਦਾਸ ਨੇ ਕਿਹਾ ਕਿ ਮੌਜੂਦਾ ਆਰਥਿਕ ਸਥਿਤੀ ਅਤੇ ਵਿੱਤੀ ਬਾਜ਼ਾਰ ਦੀ ਸਥਿਤੀ ਦੇ ਲਗਾਤਾਰ ਮੁਲਾਂਕਣ ਦੇ ਆਧਾਰ ਤੇ ਰਿਜ਼ਰਵ ਬੈਂਕ ਹੰਗਾਮੀ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣ ਲਈ 50 ਹਜ਼ਾਰ ਕਰੋੜ ਰੁਪਏ ਦੀ ਮਿਆਦੀ ਤਰਲਤਾ ਸਹੂਲਤ ਦਾ ਪ੍ਰਸਤਾਵ ਕਰਦਾ ਹੈ ਇਸ ਤੋਂ ਇਲਾਵਾ ਦੇਸ਼ ਵਿੱਚ ਕੋਵਿਡ ਸਬੰਧੀ ਸੇ ਸਹੂਲਤਾਂ ਵਿੱਚ ਤੇਜ਼ੀ ਲਿਆਉਣ ਲਈ ਮੌਜੂਦਾ ਰੈਪੋ ਦਰ ਤੇ 3 ਸਾਲ ਤੱਕ ਲਈ 50000 ਕਰੋੜ ਰੁਪਏ ਦੇ ਕਰਜ਼ੇ ਵੀ ਉਪਲਬਧ ਕਰਵਾਏ ਜਾਣਗੇ। ਰਿਜ਼ਰਵ ਬੈਂਕ ਦੇ ਗਵਰਨਰ ਨੇ ਕਿਹਾ ਕਿ ਇਸ ਯੋਜਨਾ ਤਹਿਤ ਬੈਂਕ ਵੈਕਸੀਨ ਉਪਤਾਪਤਾਤਾ ਸਮੇਤ ਹੋਰ ਸੰਸਥਾਵਾਂ ਨੂੰ ਕਰਜ਼ੇ ਦੀ ਸਹਾਇਤਾ ਪ੍ਰਦਾਨ ਕਰ ਸਕਦੇ ਨੇ ਕਰਜ਼ੇ ਦੀ ਇਹ ਸਹਾਇਤਾ ਟੀਕੇ ਅਤੇ ਮੁੱਢਲੇ ਮੈਡੀਕਲ ਉਪਕਰਨਾ ਦੇ ਬਰਾਮਦਕਾਰਾਂ ਤੇ ਪੂਰਤੀਕਾਰਾਂ ਹਸਪਤਾਲਾਂ ਜਾਂਚ ਲੈਬਾਰਟਰੀਆਂ ਆਕਸੀਜਨ ਤੇ ਵੈਂਟੀਲੇਟਰ ਦੇ ਨਿਰਮਾਤਾਵਾਂ ਅਤੇ ਪੂਰਤੀਕਾਰਾਂ ਤੇ ਟੀਕੇ ਕੋਵਿਡ ਸੰਬੰਧੀ ਦਵਾਈਆਂ ਦੇ ਦਰਾਮਦਕਾਰਾਂ ਨੂੰ ਵੀ ਉਪਲਬਧ ਹੋਵੇਗੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਡੀਆਰਡੀਓ ਨੇ ਕੋਵਿਡ ਮਰੀਜ਼ਾਂ ਨੂੰ ਰਾਹਤ ਉਪਲਬਧ ਕਰਵਾਉਣ ਲਈ ਵੈਂਟੀਲੇਟਰਾਂ, ਛੋਟੇ ਆਕਸੀਜਨ ਸਿਲੰਡਰਾਂ ਅਤੇ ਆਕਸੀਜਨ ਕਨਸਨਟਰੇਟਰਾਂ ਵਰਗੇ ਕਈ ਮੈਡੀਕਲ ਉਪਕਰਨਾਂ ਦਾ ਨਿਰਮਾਣ ਤੇਜ਼ ਕਰ ਦਿੱਤਾ ਹੈ। ਡੀਆਰਡੀਓ ਦੇ ਚੇਅਰਮੈਨ ਡਾਕਟਰ ਜੀ ਸतीश ਰੈਡੀ ਨੇ ਕਿਹਾ ਹੈ ਕਿ ਸੰਗਠਨ ਘਰੇਲੂ ਲੋੜਾਂ ਲਈ 1.5 ਲੱਖ ਛੋਟੇ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਵਿੱਚ ਲਗਾਤਾਰ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਛੋਟੇ ਸਿਲੰਡਰ ਕਫਾਇਤੀ ਕੀਮਤ 'ਤੇ ਅਗਲੇ ਹਫ਼ਤੇ ਉਪਲਬਧ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਭਾਰਤ ਇਲੈਕਟ੍ਰੋਨਿਕਸ ਲਿਮਟਿਡ 5000 ਆਕਸੀਜਨ ਕਨਸੈਂਟਰੇਟਰ ਤਿਆਰ ਕਰ ਰਿਹਾ ਹੈ ਜੋ ਅਗਲੇ ਮਹੀਨੇ ਤੋਂ ਉਪਲਬਧ ਹੋਣੇ ਸ਼ੁਰੂ ਹੋ ਜਾਣਗੇ ਆਕਸੀਜਨ ਨੂੰ ਕੋਵਿਡ ਵਿਰੁੱਧ ਲੜਾਈ ਵਿੱਚ ਇੱਕ ਮਹੱਤਵਪੂਰਨ ਵਸਤੂ ਦੱਸਦਿਆਂ ਡਾਕਟਰ ਰੈਡੀ ਨੇ ਕਿਹਾ ਕਿ ਡੀਆਰਡੀਓ ਨੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਦੀ ਉਪਲਬਧ ਕਰਾਉਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਡੀਆਰਡੀਓ ਆਉਂਦੇ 3 ਮਹੀਨਿਆਂ ਵਿੱਚ 500 ਤੋਂ ਵੱਧ ਆਕਸੀਜਨ ਪਲਾਂਟ ਸਥਾਪਿਤ ਕਰਨ ਲਈ ਕੰਮ ਕਰ ਰਿਹਾ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਕੋਵਿਡ ਵਿਸ਼ੇਸ਼ ਹਸਪਤਾਲ ਸਥਾਪਿਤ ਕਰ ਰਿਹਾ ਹੈ ਤਾਂ ਜੋ ਕੋਵਿਡ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ ਕੋਵਿਡ ਮਹਾਮਾਰੀ ਦੇ ਇਲਾਜ ਵਿੱਚ ਮਹੱਤਵਪੂਰਨ ਮੈਡੀਕਲ ਆਕਸੀਜਨ ਦੀ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜ਼ਰੂਰਤ ਨੂੰ ਦੇਖਦਿਆਂ ਰੇਲਵੇ ਨੇ ਆਕਸੀਜਨ ਐਕਸਪ੍ਰੈਸ ਰੇਲ ਗੱਡੀਆਂ ਰਾਹੀਂ ਆਕਸੀਜਨ ਦੀ ਢੋਆ ਢੁਆਈ ਤੇਜ਼ ਕਰ ਦਿੱਤੀ ਹੈ ਰੇਲ ਮੰਤਰਾਲਾ ਨੇ ਕਿਹਾ ਹੈ ਕਿ ਹੁਣ ਤੱਕ ਵੱਖ-ਵੱਖ ਰਾਜਾਂ ਨੂੰ 137 ਟੈਂਕਰਾਂ ਵਿੱਚ 2070 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈ ਗਈ ਹੈ ਅਤੇ ਮੰਤਰਾਲਾ ਅਨੁਸਾਰ ਆਕਸੀਜਨ ਦੀ ਢੋਆ ਢੋਈ ਲਈ 34 ਆਕਸੀਜਨ ਐਕਸਪ੍ਰੈਸ ਗੱਡੀਆਂ ਲਗਾਈਆਂ ਗਈਆਂ ਨੇ ਜੋ ਤਰਲ ਮੈਡੀਕਲ ਆਕਸੀਜਨ ਪਹੁੰਚਾ ਕੇ ਰਾਜਾਂ ਨੂੰ ਆਕਸੀਜਨ ਦੀ ਕਮੀ ਨੂੰ ਦੂਰ ਕਰ ਰਿਹਾ ਹੈ। ਰੇਲਵੇ ਨੇ ਮਹਾਰਾਸ਼ਟਰ ਨੂੰ 174 ਟਨ ਉੱਤਰ ਪ੍ਰਦੇਸ਼ ਨੂੰ 641 ਟਨ ਮੱਧ ਪ੍ਰਦੇਸ਼ ਨੂੰ 190 ਟਨ ਦਿੱਲੀ ਨੂੰ 707 ਹਰਿਆਣਾ ਨੂੰ 229 ਟਨ ਅਤੇ ਤੇਲੰਗਾਨਾ ਨੂੰ 123 ਟਨ ਤਰਲ ਮੈਡੀਕਲ ਆਕਸੀਜਨ ਪਹੁੰਚਾਈਏ ਇਸ ਤੋਂ ਇਲਾਵਾ ਕੋਵਿਡ ਮਰੀਜ਼ਾਂ ਦੇ ਇਲਾਜ ਲਈ 4400 ਤੋਂ ਵੱਧ ਕੋਵਿਡ ਦੇਖਭਾਲ ਰੇਲ ਡੱਬੇ ਵੀ ਉਪਲਬਧ ਕਰਵਾਏ ਗਏ ਨੇ ਜਿਨ੍ਹਾਂ ਵਿੱਚ 70000 ਬਿਸਤਰਿਆਂ ਦਾ ਪ੍ਰਬੰਧ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਮਹਾਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਵਿੱਚ ਮੁਕੰਮਲ ਲੋਕਡਾਊਨ ਲਗਾਉਣ ਤੋਂ ਇੱਕ ਵਾਰ ਫਿਰ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਮੌਜੂਦਾ ਸਮੇਂ ਲਗਾਈਆਂ ਗਈਆਂ ਪਾਬੰਦੀਆਂ ਕਈ ਸੂਬਿਆਂ ਦੇ ਲੋਕਡਾਊਨ ਹਾਲਾਤਾਂ ਤੋਂ ਜ਼ਿਆਦਾ ਸਖਤ ਨੇ ਉਹਨਾਂ ਨੇ ਇਸ ਮੌਕੇ ਕੋਵਿਡ ਦੇ ਵਧੇ ਖਤਰੇ ਦੇ ਮੱਦੇਨਜ਼ਰ ਵੱਖ-ਵੱਖ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਕੁਝ ਹੋਰ ਛੋਟਾਂ ਅਤੇ ਰਾਹਤਾਂ ਦਾ ਐਲਾਨ ਵੀ ਕੀਤਾ ਇਨ੍ਹਾਂ ਵਿੱਚ ਦੁਕਾਨਾਂ ਦਾ ਪੜਾਵਾਰ ਖੋਲਿਆ ਜਾਣਾ ਤੇ ਹਾਊਸਿੰਗ ਖੇਤਰ ਲਈ ਕਈ ਛੋਟਾਂ ਵੀ ਸ਼ਾਮਲ ਨੇ ਜਿਨ੍ਹਾਂ ਵਿੱਚ ਸੂਬੇ ਦੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਵੱਲੋਂ ਪਲਾਂਟਾਂ ਅਤੇ ਪ੍ਰੋਜੈਕਟਾਂ ਦੀ ਉਸਾਰੀ ਦਾ ਪਰਵਾਣਗੀ ਸਮਾਂ 3 ਮਹੀਨੇ ਤੱਕ ਵਧਾਉਣ ਦੀ ਵੀ ਛੋਟ ਸ਼ਾਮਲ ਹੈ ਮੁੱਖ ਮੰਤਰੀ ਨੇ ਕੋਵਿਡ ਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ 50 ਫੀਸਦੀ ਤੱਕ ਕੀਤੇ ਜਾਣ ਦੇ ਹੁਕਮ ਦਿੱਤੇ ਅਤੇ ਬਾਕੀ ਅਧਿਆਪਕਾਂ ਨੂੰ ਘਰਾਂ ਤੋਂ ਹੀ ਆਨਲਾਈਨ ਕਲਾਸਾਂ ਲੈਣ ਲਈ ਕਿਹਾ ਗਿਆ ਹੈ ਚੋਣਵੀਆਂ ਦੁਕਾਨਾਂ ਨੂੰ ਬੰਦ ਕਰਨ ਬਾਰੇ ਪਹਿਲਾਂ ਲਗਾਈ ਗਈ ਪਾਬੰਦੀ ਕਾਰਨ ਦੁਕਾਨਦਾਰਾਂ ਵਿੱਚ ਪਾਏ ਜਾ ਰਹੇ ਰੋਸ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪੋ ਆਪਣੇ ਜ਼ਿਲ੍ਹਿਆਂ ਵਿੱਚ ਪੜਾਵਾਰ ਦੁਕਾਨਾਂ ਖੋਲਣ ਦੀ ਯੋਜਨਾ ਤੇ ਕੰਮ ਕਰਨ। ਇਸ ਤੋਂ ਪਹਿਲਾਂ ਕਈ ਕੈਬਨਿਟ ਮੰਤਰੀਆਂ ਨੇ ਚੋਣਵੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਦੇਣ ਕਾਰਨ ਦੁਕਾਨਦਾਰਾਂ ਵਿੱਚ ਪਾਏ ਜਾ ਰਹੇ ਰੋਸ ਦਾ ਮੁੱਦਾ ਉਠਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੁਕਾਨਾਂ ਬੰਦ ਕਰਨ ਬਾਰੇ ਪਹਿਲਾਂ ਦਿੱਤਾ ਗਿਆ ਹੁਕਮ ਬਾਜ਼ਾਰਾਂ ਵਿੱਚ ਭੀੜ ਨੂੰ ਘਟਾ ਕੱਟ ਕਰਨ ਦੇ ਉਦੇਸ਼ ਨਾਲ ਦਿੱਤਾ ਗਿਆ ਸੀ ਉਹਨਾਂ ਖੁਰਾਕ ਤੇ ਸਿਵਲ ਸਪਲਾਈ ਮੈਕਮੇਨ ਨੂੰ ਕੋਵਿਡ ਮਰੀਜ਼ਾਂ ਦੇ 5 ਲੱਖ ਵਾਦੂ ਖਾਣੇ ਦੇ ਪੈਕੇਟ ਤਿਆਰ ਕਰਨ ਦੇ ਹੁਕਮ ਦਿੱਤੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰੇਕ ਮਰੀਜ਼ ਨੂੰ ਨਿਜੀ ਤੌਰ ਤੇ ਇਹ ਪੈਕੇਟ ਮਿਲਣ ਉਹਨਾਂ ਸੂਬੇ ਦੇ ਸਮਾਰਟ ਰਾਸ਼ਨ ਕਾਰਡ ਪਾਤਰੀਆਂ ਨੂੰ ਵਾਦੂ ਤੌਰ ਤੇ 10 ਕਿਲੋ ਆਟਾ ਦੇਣ ਦਾ ਵੀ ਐਲਾਨ ਕੀਤਾ ਜੋ ਪਹਿਲਾਂ ਤੋਂ ਹੀ ਗਰੀਬ ਵਰਗ ਦੇ ਕੋਵਿਡ ਨਾਲ ਪੀੜਿਤ ਵਿਅਕਤੀਆਂ ਨੂੰ ਦਿੱਤੀਆਂ ਜਾ ਰਹੀਆਂ 1 ਲੱਖ ਫੂਡ ਕਿਟਾਂ ਤੋਂ ਵੱਖਰਾ ਏ ਜਿਸ 'ਚ 10 ਕਿਲੋ ਆਟਾ 2 ਕਿਲੋ ਛੋਲੇ ਅਤੇ 2 ਕਿਲੋ ਖੰਡ ਦਿੱਤੀ ਜਾ ਰਹੀ ਏ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿੰਡਾਂ ਵਿੱਚ ਗਰੀਬਾਂ ਅਤੇ ਲੋੜਵੰਦਾਂ ਨੂੰ ਖੁਰਾਕ ਅਤੇ ਦਵਾਈਆਂ ਦੇ ਰੂਪ ਵਿੱਚ ਜ਼ਰੂਰੀ ਰਾਹਤ ਪ੍ਰਦਾਨ ਕਰਨ ਤੇ ਸਰਪੰਚਾਂ ਨੂੰ ਪੰਚਾਇਤੀ ਫੰਡ ਵਿੱਚੋਂ ਪ੍ਰਤੀ ਦਿਨ 5000 ਰੁਪਏ ਖਰਚਣ ਦੀ ਸ਼ਰਤ ਨਾਲ ਵੱਧ ਤੋਂ ਵੱਧ 50000 ਰੁਪਏ ਖਰਚਣ ਲਈ ਅਧਿਕਾਰਤ ਕੀਤਾ ਹੈ ਇਸ ਤੋਂ ਇਲਾਵਾ ਸ਼ਹਿਰੀ ਸਥਾਨਿਕ ਇਕਾਈਆਂ ਨੂੰ ਵੀ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਤੇ ਦਵਾਈਆਂ ਸਮੇਤ ਜ਼ਰੂਰੀ ਰਾਹਤ ਦੇਣ ਲਈ ਮਿਊਂਸਿਪਲ ਫੰਡ ਵਿੱਚੋਂ ਪੈਸਾ ਖਰਚਣ ਲਈ ਅਧਿਕਾਰਤ ਕੀਤਾ ਗਿਆ ਹੈ ਪੰਜਾਬ ਵਿੱਚ ਲਗਾਤਾਰ ਵਧਦੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਪੰਜਾਬ ਕੈਬਨਿਟ ਨੇ ਸਾਰੀਆਂ ਆਕਸੀਜਨ ਉਤਪਾਦਕ ਇਕਾਈਆਂ ਨੂੰ ਤਰਜੀਹੀ ਖੇਤਰ ਦਾ ਦਰਜਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਵਿਦੇਸ਼ੀ ਮਦਦ ਨੂੰ ਰਾਹਦਾਰੀ ਦੇਣ ਲਈ ਕਸਟਮ ਵਿਭਾਗ ਨਾਲ ਤਾਲਮੇਲ ਬਣਾਉਣ ਵਾਸਤੇ ਇੱਕ ਨੋਡਲ ਅਧਿਕਾਰੀ ਦੀ ਨਿਯੁਕਤੀ ਵੀ ਕੀਤੀ ਗਈ ਹੈ। ਕੈਬਨਟ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਹੋਰ ਵਿਗੜਨ ਦੇ ਆਸਾਰ ਨੇ ਅਤੇ ਇਹ ਕੋਈ ਨਹੀਂ ਜਾਣਦਾ ਕਿ ਦੇਸ਼ ਅਤੇ ਸੂਬੇ ਵਿੱਚ ਕੋਵਿਡ ਦੀਆਂ ਹੋਰ ਕਿੰਨੀਆਂ ਲਹਿਰਾਂ ਉੱਠਣਗੀਆਂ ਤਰਜੀਹੀ ਦਰਜਾ ਰੋਜ਼ਾਨਾ ਘਟੋ ਘਾਟ 700 ਸਿਲੰਡਰ ਜਾਂ 5 ਮੀਟ੍ਰਿਕ ਟਨ ਆਕਸੀਜਨ ਉਤਪਾਦਨ ਸਮਰੱਥਾ ਵਾਲੀਆਂ ਇਕਾਈਆਂ ਆਕਸੀਜਨ ਸਿਲੰਡਰ ਉਤਪਾਦਕਾਂ ਅਤੇ ਆਕਸੀਜਨ ਕਨਸੈਂਟਰੇਟਰ ਉਤਪਾਦਕ ਇਕਾਈਆਂ ਤੇ ਲਾਗੂ ਹੋਵੇਗਾ ਆਕਸੀਜਨ ਦੇ ਮੁੜ ਪ੍ਰਾਈ ਕਰਨ ਵਾਲੀਆਂ ਇਕਾਈਆਂ ਵਿਸ਼ੇਸ਼ ਦਰਜੇ ਤਹਿਤ ਨਹੀਂ ਆਉਣਗੀਆਂ ਕੈਪੀਟਨ ਦੇ ਫੈਸਲੇ ਨਾਲ ਨਵੀਆਂ ਤੇ ਪੁਰਾਣੀਆਂ ਇਕਾਈਆਂ ਬਾਹਰੀ ਵਿਕਾਸ ਖਰਚੇ ਪ੍ਰਾਪਰਟੀ ਟੈਕਸ ਬਿਜਲੀ ਚੁੰਗੀ ਸਟੈਂਪ ਡਿਊਟੀ ਅਤੇ ਨਿਵੇਸ਼ ਸਬਸਿਡੀ ਜੋ ਕਿ ਜ਼ਮੀਨ ਅਤੇ ਮਸ਼ੀਨਰੀ ਵਿੱਚ ਕੀਤੇ ਗਏ ਪੱਕੇ ਪੂੰਜੀਗਤ ਨਿਵੇਸ਼ ਦੇ 125% ਤੱਕ ਜੀਐਸਟੀ ਦੀ ਪੂਰਤੀ ਰਾਹੀ ਦਿੱਤੀ ਜਾਂਦੀ ਏ ਉਸ ਤੋਂ 100% ਛੋਟ ਲੈ ਸਕਣਗੀਆਂ ਪੰਜਾਬ ਦੇ ਸਰਕਾਰੀ ਹਸਤਾਲਾਂ ਵਿੱਚ ਅਜੇ ਤੱਕ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਕਰੋਨਾ ਟੀਕਾ ਕਰਨ ਦੀ ਸ਼ੁਰੂਆਤ ਨਾ ਕੀਤੇ ਜਾ ਸਕਣ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਵਿਭਾਗ ਨੂੰ ਕਰੋਨਾ ਟੀਕਿਆਂ ਦੀ ਸਪਲਾਈ ਹਾਸਲ ਕਰਨ ਲਈ ਹੋਰ ਬਦਲ ਤਲਾਸ਼ ਕਰਨ ਲਈ ਕਿਹਾ ਸੂਬਾ ਸਰਕਾਰ ਨੇ 26 April ਨੂੰ ਕਰੋਨਾ ਟੀਕਿਆਂ ਦੀ 30 ਲੱਖ ਖੁਰਾਕਾਂ ਦੀ ਖਰੀਦ ਲਈ سیرਮ ਇੰਸਟੀਚਿਊਟ ਆਫ ਇੰਡੀਆ ਨੂੰ 10 ਕਰੋੜ 37 ਲੱਖ ਰੁਪਏ ਦੀ ਅਦਾਇਗੀ ਕੀਤੀ ਪਰ ਅਜੇ ਤੱਕ ਸਪਲਾਈ ਪ੍ਰਾਪਤ ਨਹੀਂ ਹੋਈ ਸੂਬੇ ਦੇ ਸੇ ਸਖਤਰ ਹੁਸਨ ਲਾਲ ਨੇ ਵਰਚੁਅਲ ਮੀਟਿੰਗ ਰਾਹੀਂ ਸੂਬਾ ਕੈਬਨਿਟ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਉਹਨਾਂ ਦੱਸਿਆ ਕਿ ਪੰਜਾਬ ਦੇ ਕੁਝ ਪ੍ਰਾਈਵੇਟ ਹਸਪਤਾਲਾਂ ਨੇ ਕੋਵਿਡ-19 ਟੀਕੇ ਹਾਸਲ ਕਰਨ ਲਈ ਟੀਕਾ ਕੰਪਨੀਆਂ ਨੂੰ ਸਿੱਧੇ ਹੀ ਆਰਡਰ ਭੇਜੇ ਹਨ ਅਤੇ ਇਹਨਾਂ ਹਸਪਤਾਲਾਂ ਵਿੱਚ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਲਈ ਟੀਕਾ ਕਰਨ ਦਾ ਅਮਲ ਸ਼ੁਰੂ ਹੋ ਗਿਆ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਸੂਬਾ ਸਰਕਾਰਾਂ ਨੂੰ ਸੰਕੇਤ ਦਿੱਤਾ ਹੈ ਕਿ ਕੋਵਿਡ ਸ਼ੀਲਡ ਵੈਕਸੀਨ ਉਪਲਬਧ ਕਰਾਉਣ ਬਾਰੇ 4 ਹਫ਼ਤਿਆਂ ਵਿੱਚ ਕੁਝ ਦੱਸਿਆ ਜਾ ਸਕੇਗਾ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਣਕ ਦੀ ਖਰੀਦ ਨਿਰਵਿਘਨ ਜਾਰੀ ਹੈ ਕਿਸਾਨਾਂ ਨੇ ਜਿੰਸ ਦੀ ਖਰੀਦ ਦੀ ਅਦਾਇਗੀ ਸਿੱਧੇ ਆਪਣੇ ਖਾਤਿਆਂ ਵਿੱਚ ਪ੍ਰਾਪਤ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਹੈ ਕਿਸਾਨਾਂ ਨੇ ਸਿੱਧਾ ਲਾਭ ਤਬਾਦਲਾ ਸਕੀਮ ਰਾਹੀਂ ਖਰੀਦ ਏਜੰਸੀਆਂ ਵੱਲੋਂ ਅਦਾਇਗੀਆਂ ਦੀਆਂ ਰਕਮ ਸਿੱਧੀ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਦਾ ਸਵਾਗਤ ਕਰਦੇ ਹਨ ਸਰਕਾਰ ਦਾ ਧੰਨਵਾਦ ਕੀਤਾ ਫਿਰੋਜ਼ਪੁਰ ਜ਼ਿਲ੍ਹੇ ਦੇ ਜੰਗ ਪਿੰਡ ਦੇ ਕਿਸਾਨ ਸੁਖਵਿੰਦਰ ਸਿੰਘ ਮੋਹਨ ਕੇ ਉੱਤਰਪਿੰਡ ਦੇ ਕਿਸਾਨ ਕੁਲਦੀਪ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਉੜਗੋ ਖੇੜਾ ਪਿੰਡ ਦੇ ਕਿਸਾਨ ਸਰਦਾਰ ਸਿੰਘ ਪਟਿਆਲਾ ਜ਼ਿਲ੍ਹੇ ਦੇ ਰਾਏ ਮਾਜਰਾ ਪਿੰਡ ਦੇ ਕਿਸਾਨ ਪਵਨ ਕੁਮਾਰ ਤੇ ਚੰਨਾ ਪਿੰਡ ਦੇ ਕਿਸਾਨ ਮਲਕੀਸ਼ ਸਿੰਘ ਨੇ ਨਿਰਵਿਘਨ ਕਣਕ ਦੀ ਖਰੀਦ ਅਤੇ ਸਮੇਂ ਸਿਰ ਔਨਲਾਈਨ ਅਦਾਇਗੀ ਲਈ ਸਰਕਾਰ ਦਾ ਧੰਨਵਾਦ ਕੀਤਾ। ਮੈਂ ਸੁਖਵਿੰਦਰ ਸਿੰਘ ਪੁੱਤਰ ਸਰਦਾਰ ਰਜਿੰਦਰ ਸਿੰਘ ਪਿੰਡ ਜੰਗ ਮੈਂ ਆਪਦੀ ਕਣਕ ਦੀ ਫਸਲ 23 ਤਰੀਕ ਨੂੰ ਮੰਡੀ ਚ ਲੈ ਕੇ ਆਇਆ ਸੀ ਤੇ ਜੰਗ ਮੰਡੀ ਚ 24 ਤਰੀਕ ਨੂੰ ਅੜਤੀਆਂ ਨੇ ਸਫਾਈ ਕਰਕੇ ਵੇਚਤੀ ਸੀਗੀ ਤੇ 25 ਤਰੀਕ ਨੂੰ ਮੇਰੇ ਖਾਤੇ 'ਚ ਪੈਸੇ ਆ ਗਏ ਮੈਂ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਹਾਂ ਮੇਰਾ ਨਾਮ ਕੁਲਦੀਪ ਸਿੰਘ ਜੀ ਸਨ ਆਫ ਦਰਿੰਦਰ ਸਿੰਘ ਰੈਂਟ ਮੂਨ ਤੇ ਉਤਾਰ ਗਈ ਜੋ ਮੈਂ ਆਹਦੀ ਕਣਕ ਕੀਤੀ ਸੀ ਉਹ ਕੱਟ ਕੇ ਮੈਂ ਮੰਡੀ 'ਚ ਲਿਆਇਆ ਜੀ ਉਹਦੀ ਸਫਾਈ ਹੋਣ ਤੋਂ ਬਾਅਦ ਰਣਕ ਜਿਹੜੀ ਐਫਸੀਆਈ ਨੇ ਕੋਲਦੀ ਹੈ ਜੀ ਉਹ ਖਰੀਦਣ ਤੋਂ ਬਾਅਦ ਜੋ ਕੋ ਮੇਰੇ ਪੈਸੇ ਨੇ ਉਹ ਮੇਰੇ ਖਾਤੇ ਦੇ ਵਿੱਚ ਆਏ ਨੇ ਜੀ ਉਹ ਪੈਸਿਆਂ ਦੀ ਵਰਤੋਂ ਜਿਹੜੀ ਮੈਂ ਆਪੀ ਸਾਥ ਬੀਜ ਉਹਦੇ ਅਨਸਾਰ ਵਰਤਾਂਗਾ ਜੀ ਇਸ ਕਰਕੇ ਮੈਂ ਸਰਕਾਰ ਦਾ ਤੇ ਐਫਸੀਆਈ ਦਾ ਬਹੁਤ ਧੰਨਵਾਦ ਕਰਦਾ ਜੀ ਸਿੰਘ ਹੈ ਮੇਰੇ ਪਿਤਾ ਦਾ ਨਾਮ ਸਰਦਾਰ ਦੀਪ ਸਿੰਘਾ ਪਿੰਡ ਉਸਦੋਕੇ ਦਾ ਵਸਨੀਕ ਹੈ ਜੀ ਫਿਰ ਐਫਸੀਆਈ ਖਰੀਦਦਿਆਂ ਨੇ ਖਰੀਦ ਕੀਤੀ ਹੈ 19 ਤਰੀਕ ਨੂੰ ਜੀ 100 ਪਿੰਡਲ ਮੰਡੀ ਕਣਕ ਲੈ ਕੇ ਮੈਂ ਆਇਆ ਸੀ ਜਿਹੜਾ 1,95,000 ਰੁਪਏ ਬਣਦਾ ਸੀ ਉਹ ਮੇਰੇ ਖਾਤੇ ਵਿੱਚ ਪੈ ਗਿਆ ਜੀ 21 23 ਨੂੰ ਤੇ ਮੈਂ ਐਫਸੀ ਖਰੀਦ ਤੋਂ ਬਹੁਤ ਖੁਸ਼ ਨਾ ਕਿ ਸਰਕਾਰ ਦੇ ਕੰਮ ਤੋਂ ਬਹੁਤ ਇਹ ਕੰਮ ਤੋਂ ਖੁਸ਼ ਹਾਂ ਮੇਰਾ ਨਾਮ ਪਾਵਨ ਕੁਮਾਰ ਸਨ ਆਫ ਰਾਮ ਲੋਕ ਪਿੰਡ ਰੈਲ ਮਜਰਾ ਹਮਨੇ ਇਹ ਤੌਫੇ ਮੇ ਕਣਕ ਘੇਰੀ ਹੈ ਜੀ ਸਾਡੀ ਜੋ 131 ਕੁਇੰਟਲ ਕਣਕ ਘੇਰੀ ਹੈ ਪੂਰਾ ਪੂਰਾ ਪੇਮੈਂਟ ਮੈਨੂੰ ਮਿਲ ਗਿਆ ਜੀ ਮੈਂ ਐਫਸੀ ਦਾ ਬਹੁਤ ਧੰਨਵਾਦ ਕਰਦਾ ਮੈਂ ਮਲਕੀਸ਼ ਸਿੰਘ ਸਨ ਆਫ ਸਰਦਾਰ ਚੰਦ ਸਿੰਘ ਪਿੰਡ ਚੰਨਾ ਸੁਲਤਾਨਪੁਰ ਮੰਡੀ ਦੇ ਵਿੱਚ ਮਿੰਨੇ ਆਪਣੀ ਫਸਲ ਵੇਚੀ ਹੈ ETF ਦੀ ਖਰੀਦ ਹੈਗੀ ਤੇ ਫਸਲ ਬਹੁਤ ਵਧੀਆ ਵਿਕੇ ਕੋਈ ਬਾਰਦਾਨੇ ਦੀ ਘਾਟ ਨਹੀਂ ਆਈ ਤੇ ਮਾਲ ਨਾਲ ਦੀ ਨਾਲ ਲਿਫਟ ਹੁੰਦਾ ਰਹੇਗਾ ਤੇ ਉਸ ਦੀ ਪੇਮੈਂਟ ਮੈਨੂੰ ਰਸੀਵ ਹੋ ਚੁੱਕੀ ਹੈ। ਤਾਮਿਲਨਾਡੂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਪਸ਼ਟ ਬਹੁਮਤ ਹਾਸਲ ਕਰਨ ਵਾਲੀ DMK ਪਾਰਟੀ ਦੇ ਮੁਖੀ ਐਮਕੇ ਸਟਾਲਿਨ ਨੇ ਕੱਲ ਸੂਬੇ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸਟਾਲਿਨ ਨੇ ਰਾਜਪਾਲ ਨੂੰ ਆਪਣੇ ਦਾਅਵੇ ਨਾਲ ਚੁਣੇ ਗਏ ਪਾਰਟੀ ਵਿਧਾਇਕਾਂ ਦਾ ਸਮਰਥਨ ਪੱਤਰ ਵੀ ਸੌਪਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐਮਕੇ ਦੇ ਸੰਗਠਨ ਸਕੱਤਰ ਆਰਐਸ ਭਾਰਤੀ ਨੇ ਕਿਹਾ ਕਿ ਪਾਰਟੀ ਭਲਕੇ ਸ਼ੁੱਕਰਵਾਰ ਨੂੰ ਆਪਣੀ ਸਰਕਾਰ ਬਣਾਉਣ ਦੀ ਤਿਆਰੀ ਵਿੱਚ ਹੈ। DD ਪੰਜਾਬੀ ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DD ਕੇ ਜਲੰਧਰ ਤੇ ਵੀ ਦੇਖ ਸਕਦੇ ਨੇ ਅਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਤੇ Facebook ਪੇਜ ਤੇ ਉਪਲਬਧ ਨੇ ਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਨਮਸਕਾਰ